ਚਲੇ ਸਾਹਿਬ, ਹੁਣ ਜਿਹੜੇ ਸਾਡੇ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਆ, ਅਜੇ 3 ਸਾਲ ਇਹਨਾਂ ਕੋਲ ਨੁਮਾਇੰਦਗੀ ਰਹਿਣੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਵਿਰੁੱਧ ਝੰਡਾ ਚੁੱਕਣ ਦੀ ਬਜਾਏ ਇਹਨਾਂ ਨੂੰ ਝੰਡਾ ਚੁੱਕ ਕੇ ਨਾਲ ਬਿਠਾਈਏ। ਮੈਦਾਨ ਦੇ ਵਿੱਚ ਲੜਾਈ ਲੈ ਕੇ ਜਾਣੀ ਹੈ, ਗੱਲਾਂ ਸਾਡੀਆਂ ਹੋਈਆਂ ਹੈ, ਉਹਨਾਂ ਨੇ ਜਵਾਬ ਹੈ। ਇੱਕ ਅਸੀਂ ਲੈਟਰ ਜਿਹੜਾ ਬਣਾਇਆ ਹੋਇਆ ਜਥੇਬੰਦੀ ਵੱਲੋਂ, ਉਹ MLA ਸਾਹਿਬ ਨੂੰ ਅਸੀਂ ਦੇਣਾ ਹੈ, ਉਹ ਸਾਈਨ ਕਰ ਦੇਣਗੇ ਸਾਡੇ ਲਈ। ਤੁਸੀਂ ਮੈਂ ਇਨਲੀਗਲ ਮਾਈਨਿੰਗ ਜਿਹੜੀ ਕਰ ਰਹੇ ਨੇ ਇਸ ਇਲਾਕੇ ਚ, ਉਹਨੂੰ ਬੰਦ ਕਰਾਉਣਾ। ਕ੍ਰੈਸ਼ਰ ਵਾਲੇ ਲਾਈ ਜਾਣ ਸਾਡੀ ਸਿਹਤ ਤੇ ਕੋਈ ਅਸਰ ਨਹੀਂ। ਮੈਂ ਜ਼ਿੰਮੇਵਾਰ ਹੋਊਗਾ ਸਾਡੇ ਘਰ ਉੱਪਰ ਘੋਲ ਮਨ ਬਣ ਗਿਆ ਤੇ ਥੱਲੇ ਪੈ ਗਈ ਘੋਲ ਵਿੱਚ। ਬੇਨਤੀ ਹੈ ਕਿ ਸਾਰੇ ਭਰਾਵਾਂ ਨੂੰ ਕੋਈ ਵੀ ਜ਼ਮੀਨ ਇਹਨਾਂ ਨੂੰ ਨਾ ਦਿਓ। ਸਭ ਤੋਂ ਪਹਿਲ ਤੁਸੀਂ ਕਰਦੇ ਆ, ਫਿਰ ਸਰਕਾਰ ਦੀ ਵਾਰੀ ਫੇਰ ਆਉਂਦੀ ਹੈ। ਪਹਿਲ ਤੁਸੀਂ ਕਰਦੇ ਆ ਸਾਰੇ ਦੋਸਤ, ਜਦੋਂ ਆਪਾਂ ਜ਼ਮੀਨ ਦਿੰਦੇ ਹਾਂ ਕੋਈ ਵੀ ਬੰਦਾ ਕ੍ਰੈਸ਼ਰ ਵਾਲਿਆਂ ਨੂੰ ਜ਼ਮੀਨ ਨਾ ਦਿਓ। ਤਾਂ ਸਰਕਾਰ ਧਿਆਨ ਦੇਵੇ ਕਿ ਮਾਈਨਿੰਗ ਹੈ ਹੀ ਨਹੀਂ, ਜਾਂ ਇਲਾਕਾ ਹੀ ਇੱਦਾਂ ਦਾ ਹੈ ਜੇ ਮਾਈਨਿੰਗ ਹੋਈ ਤਾਂ ਤਬਾਹ ਹੋ ਜਾਣਾ। ਕੌਮ ਡੈਮ ਹੈ ਥੱਲੇ, ਉੱਪਰ ਸਾਡਾ ਸਮਾਂ ਹੈ, ਪਹਾੜੀਆਂ ਹੈ, ਉਹ ਠੀਕ ਹੈ ਅਸੀਂ ਅੱਡ ਪਾਰਟੀਆਂ ਨੂੰ ਬਿਲੋਂਗ ਕਰਦੇ ਹਾਂ, ਜਾਂ ਲੱਗਦਾ ਹੈ ਕਿ ਅਗਰ ਗੁੱਸਾ ਆਉਂਦਾ ਸਾਡੇ ਕਾਡਰ ਨੂੰ ਵੀ ਆਉਂਦਾ ਤੇ ਅਸੀਂ ਬਾਹਰ ਠੀਕ। ਚੰਗੀ ਗੱਲ ਹੈ, ਮੈਂ ਕਹਿੰਦਾ ਚੰਗੀ ਗੱਲ ਹੈ, ਅਸੀਂ ਆਪਣੇ ਵੱਲੋਂ ਤਾਂ ਲਿਖ ਕੇ ਦੇਈਏ ਕਿ ਇੱਥੇ ਬੰਦ ਹੋਵੇ, ਬਾਕੀ ਜਿਹੜੀ ਅਗਲੇ ਸਮੇਂ 'ਚ ਲੋਕਾਂ ਦੇ ਐਕਸ਼ਨ ਉਹਨਾਂ 'ਚ ਤੁਸੀਂ ਸ਼ਮੂਲੀਅਤ ਕਰੋ, ਤਾਂ ਕਿ ਜਿਹੜਾ
ਜਿੱਥੇ ਲੋਕਾਂ ਦਾ ਇਕੱਠ ਹੈ ਉੱਥੇ MLA ਵੀ ਪੜ੍ਹਦੇ ਕਿ ਇਹ ਮਾਈਨਿੰਗ ਇਲੀਗਲ ਹੈ, ਇਹ ਕਰਸ਼ਰ ਇਲੀਗਲ ਹੈ, ਇਹ ਬੰਦ ਹੋਣੇ ਚਾਹੀਦੇ ਆ, ਚਾਹੇ ਉਹ ਅਕਾਲੀ ਭਾਜਪਾ ਨੇ ਲਾਏ ਆ, ਚਾਹੇ ਕਾਂਗਰਸੀਆਂ ਨੇ ਲਾਏ ਆ, ਚਾਹੇ ਉਹ ਆਮ ਆਦਮੀ ਸਰਕਾਰ ਦੇ ਵੇਲੇ ਲੱਗੇ ਆ, ਠੀਕ ਹੈ ਜੀ। ਇਹ ਸਾਰੀ ਹੈ, ਇਹ ਦੇ ਦਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸਾਡੀ ਦੋਨਾਂ ਤਿੰਨਾਂ ਪਿੰਡਾਂ ਦੀ ਸ਼ਾਮਲਾਟ ਜਿਹੜੀ ਹੈ 1100 ਕਨਾਲ 20 ਕਨਾਲ ਸਾਰੀ ਉਹ ਸਰਕਾਰੀ ਜ਼ਮੀਨ ਇਹਨਾਂ ਨੇ ਧੱਕੇ ਨਾਲ ਯੂਜ਼ ਕਰ ਰਹੇ ਨਾ। ਤੁਸੀਂ ਇੱਕ ਮਿੰਟ ਤੁਸੀਂ ਕਿਸੇ ਨਾਲ ਵੀ ਲੈਂਗੇ ਸ਼ਮਾਰੀ ਵਾਲੀ ਸਿਆਸਤਰੀ ਦੋ ਬੰਦੇ ਮਰਦੇ ਹੋ, ਖਾਂਦਾ ਕਰਦੇ ਹੋ, ਕਰਦਾ ਹੀ ਕਰਨਾ ਹੋਣਾ। ਧੰਨਵਾਦ, ਤੁਹਾਨੂੰ ਦੱਸ ਦੂੰਗਾ ਕਿੱਥੇ ਕਿੱਥੇ ਮਨਾ ਰਹੇ ਆ। ਸਰਕਾਰੀ ਬੇਨਤੀ ਹੈ ਕਿ ਸਾਡਾ ਸਾਨੂੰ ਦੁੱਖ ਕ੍ਰੈਸ਼ਰਾਂ ਤੋਂ ਨਹੀਂ ਹੈ, ਸਾਨੂੰ ਦੁੱਖ ਉਹਦਾ ਜਿਹੜਾ ਇੱਥੇ ਇਲੀਗਲ ਮਾਈਨਿੰਗ ਹੁੰਦੀ ਹੈ। ਮੇਰੇ ਇਲਾਕੇ ਦੇ ਸਾਰੇ ਸਰਕਾਰ ਜੋ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ, ਸਰਕਾਰ ਜੋ ਮੇਰੀਆਂ ਮਾਵਾਂ ਭੈਣ ਬੇਟੀਆਂ ਨੇ, ਔਰ ਤੁਹਾਡੀ ਜਥੇਬੰਦੀ ਦੇ ਜਿਹਨਾਂ ਨੂੰ ਤੁਸੀਂ ਅਪੁਆਇੰਟ ਕੀਤਾ ਆ ਪ੍ਰਧਾਨ, ਔਰ ਜਿਹੜੀ ਕਮੇਟੀ ਬਣਾਈ ਔਰ ਮੇਰੇ ਨਾਲ ਮੇਰੀ ਟੀਮ ਸਾਰੀ ਆਈ ਹੈ, ਔਰ ਜਿਹਨਾਂ ਨੂੰ ਤੁਸੀਂ ਸੁਣਿਆ ਧਰਮਿੰਦਰ ਜੀ ਉਹ ਵੀ ਤੁਹਾਡੇ ਵਿੱਚ ਆਏ ਨੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪ੍ਰਣਾਮ, ਨਮਸਕਾਰ, ਜੈ ਸ਼੍ਰੀ ਰਾਮ। ਅੱਜ ਪਹਿਲਾਂ ਤਾਂ ਮੈਂ ਲੇਟ ਆਉਣ ਵਾਸਤੇ ਤੁਹਾਡੇ ਸਾਰਿਆਂ ਦੇ ਕੋਲ ਮਾਫ਼ੀ ਮੰਗਦਾ, ਕਿਉਂਕਿ ਮੈਂ ਆਪ ਹੀ ਖੁਦ ਮਨੋਜ ਹੋਣਾ ਕੋਲ ਟਾਈਮ ਲਿਆ ਸੀਗਾ। ਇਹਨਾਂ ਨੇ ਦੋ ਤਿੰਨ ਵਾਰ ਮੈਸੇਜ ਕੀਤਾ ਕਿ ਆਪਾਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਮੈਂ ਕਿਹਾ ਤੁਸੀਂ ਟਾਈਮ ਦਿਓ, ਅਸੀਂ ਤੁਹਾਨੂੰ ਟਾਈਮ ਦੇ ਕੇ ਅਸੀਂ ਆਪ ਖੁਦ ਮਿਲਾਂਗੇ ਤੁਹਾਨੂੰ। ਔਰ ਨਾ ਮੈਂ ਇਹਨਾਂ ਨੂੰ ਫੋਨ ਕੀਤਾ, ਨਾ ਇਹਨਾਂ ਨੇ ਮੈਨੂੰ ਕੋਈ ਫੋਨ ਕੀਤਾ, ਵਟਸਐਪ ਦੇ ਉੱਤੇ ਹੀ ਅਸੀਂ ਇੱਕ ਦੂਜੇ ਨੂੰ ਟਾਈਮ ਦਿੱਤਾ, ਔਰ ਇਹਨਾਂ ਨੇ ਕਿਹਾ ਕਿ ਅਸੀਂ 19 ਤਰੀਕ ਨੂੰ ਮੀਟਿੰਗ ਰੱਖ ਰਹੇ ਹਾਂ, ਤੁਸੀਂ ਐਗਰੀ ਕਰ ਦਿਓ ਆਉਣ ਦੇ।
ਮੈਂ ਇਹਨਾਂ ਨੂੰ ਕਿਹਾ ਕਿ ਮੈਂ ਪੂਰੇ ਸਮੇਂ ਦੇ ਉੱਤੇ ਤੁਹਾਡੇ ਕੋਲ ਪਹੁੰਚ ਜਾਊਂ। ਸੰਡੇ ਦਾ ਟਾਈਮ ਆ ਔਰ ਅੱਜ ਸਾਡੀਆਂ ਕਰਤਾਰਪੁਰ ਦੇ ਵਿੱਚ ਮੀਟਿੰਗਾਂ ਸੀਗੀਆਂ, ਉਹ ਕੈਂਸਲ ਕਰਕੇ ਲੁਧਿਆਣੇ ਸਾਡੀ ਪਾਰਟੀ ਦੀ ਮੀਟਿੰਗ ਆਉਣ ਕਰਕੇ ਮੈਂ ਲੁਧਿਆਣੇ ਸਵੇਰੇ 9 ਵਜੇ ਨਿਕਲ ਗਿਆ ਔਰ ਜਿਉਂ ਉੱਥੇ ਚੱਲਿਆ ਕਿਤੇ ਰਸਤੇ 'ਚ ਨਹੀਂ ਰੁਕੇ, ਸਿੱਧਾ ਤੁਹਾਡੇ ਕੋਲ ਆਏ ਔਰ ਟਾਈਮ ਟੂ ਟਾਈਮ ਇਹਨਾਂ ਨੂੰ ਦੱਸਦਾ ਰਿਹਾ ਮੈਂ ਕਿੱਥੇ ਪਹੁੰਚ ਗਿਆ, ਕਿੱਥੋਂ ਕ੍ਰੋਸ ਕਰ ਗਿਆ ਔਰ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਔਰ ਬਹੁਤ ਵੱਡੇ ਇੱਕ ਹਥਿਆਰ ਸਵਾਰ ਤੇ ਬੈਠੇ। ਧਰਮਿੰਦਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਇਲਾਕੇ ਦਾ, ਬਿਲਕੁਲ ਤੁਸੀਂ ਸਾਡੇ ਇਲਾਕੇ ਦੇ, ਤੁਸੀਂ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਕੋਈ ਸਰਕਾਰ ਦੇ ਪ੍ਰਤੀ ਹੈ, ਕੋਈ ਕਿਸੇ ਦੇ ਪ੍ਰਤੀ ਹੈ, ਕੋਈ ਪ੍ਰਸ਼ਾਸਨ ਦੇ ਪ੍ਰਤੀ ਹੈ, ਤੁਸੀਂ ਆਪਣੀ ਆਵਾਜ਼ ਉਠਾਉਂਦੇ ਹੋ ਔਰ ਹਮੇਸ਼ਾ ਤੁਹਾਡਾ ਸਰਕਾਰ ਹੈ ਔਰ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਬਾਹਰ ਦੇ ਇਲਾਕੇ 'ਚ ਆਏ, ਮੈਂ ਜੀ ਪ੍ਰਧਾਨ ਸਾਹਿਬ ਨਾਲ ਜਿੱਦਣ ਗੱਲ ਹੋਈ ਹੈ ਇਹਨਾਂ ਨੇ ਕਿਹਾ ਕਿ ਅਸੀਂ ਸਿਰਫ ਆਪਣੇ ਇਲਾਕੇ ਦੇ 15-20 ਬੰਦੇ, ਜਿਹੜੀ ਕਮੇਟੀ ਹੈ ਸਾਡੀ ਉਹਦੇ ਨਾਲ ਮੀਟਿੰਗ ਕਰਵਾਉਣਾ ਚਾਹੁੰਦੇ ਹਾਂ ਤੁਹਾਡੀ। ਮੈਂ ਇਹਨਾਂ ਨੂੰ ਸਪੈਸ਼ਲੀ ਤੌਰ 'ਤੇ ਇਹ ਕਿਹਾ ਕਿ ਮੈਂ ਕਿਹਾ ਪਹਿਲੀ ਗੱਲ ਤਾਂ ਕੋਈ ਵੀ ਪਾਰਟੀਬਾਜ਼ੀ ਦਾ ਰੌਲਾ ਨਾ ਹੋਵੇ ਉੱਥੇ, ਕਿਉਂਕਿ ਇਹ ਇਕੱਲਾ ਮੈਨੂੰ ਇਕੱਲੇ ਨੂੰ ਪ੍ਰੋਬਲਮ ਹੈਗੀ, ਕਿਸੇ ਕਾਂਗਰਸ ਵਾਲੇ ਨੂੰ ਪ੍ਰੋਬਲਮ ਹੈਗੀ, ਕਿਸੇ ਅਕਾਲੀ ਦਲ ਵਾਲੇ ਨੂੰ, ਕਿਸੇ ਨੂੰ ਬੀਜੇਪੀ ਵਾਲੇ ਨੂੰ ਪ੍ਰੋਬਲਮ ਹੈਗੀ ਇਸ ਪੈਸੇ ਨਾਲ, ਇਹ ਇਕੱਲੇ ਸਾਰੇ ਇਲਾਕੇ ਨੂੰ ਇਹਦੀ ਪ੍ਰੋਬਲਮ ਹੈ। ਇਹਨਾਂ ਨੇ ਸਾਨੂੰ ਕਿਹਾ ਕਿ ਮੈਂ ਸਿਰਫ ਆਪਣੇ ਇਲਾਕੇ ਦੇ ਜਿਹੜੇ 15-20 ਬੰਦੇ ਆ ਉਹਨਾਂ ਨਾਲ ਮੀਟਿੰਗ ਕਰਾਉਣੀ ਆ, ਕਿਉਂਕਿ ਮੈਨੂੰ ਪਤਾ ਸੀਗਾ ਕਿ ਮੈਂ ਜਿੰਨੀਆਂ ਵੀ ਤੁਹਾਡੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਕੋਈ ਸ਼ਰਾਰਤੀ ਬੰਦੇ ਜ਼ਰੂਰ ਸਟੇਜ ਦੇ ਉੱਤੇ ਕੋਈ ਨਾ ਕੋਈ ਗੱਲ ਕਰਦੇ ਸੀ, ਭਾਵੇਂ ਉਹ ਇਲੈਕਸ਼ਨ ਦਾ ਸਮਾਂ ਹੋਣ ਤਾਂ ਜੋ ਮਰਜ਼ੀ ਬੋਲੀ ਜਾਣ, ਵੋਟਾਂ ਲੈਣੀਆਂ ਜਿੱਦਾਂ ਮਰਜ਼ੀ ਲੈ ਜਾਣ, ਕੋਈ ਮੇਰੇ 'ਤੇ ਤੋਮਰ ਲਾਈ ਜਾਂਦਾ, ਕੋਈ ਪਿਛਲੀ ਸਰਕਾਰ 'ਤੇ ਲਾਈ ਜਾਂਦਾ, ਕੋਈ ਉੱਤੋਂ ਪਿਛਲੀ 'ਤੇ ਲਾਈ ਜਾਂਦਾ, ਪਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਵੀ ਪੋਲੀਟੀਕਲ ਬੰਦਾ ਨਾ ਬੁਲਾਇਓ, ਅਸੀਂ ਤੁਹਾਡੇ ਪਰਿਵਾਰਕ ਤੌਰ 'ਤੇ ਇਹ ਗੱਲ ਹੋਈ ਕਿ ਅਸੀਂ ਤੁਹਾਡੇ ਪਰਿਵਾਰਕ ਤੌਰ 'ਤੇ ਵਿੱਚ ਤੁਹਾਡੀ ਆ ਕੇ ਤੁਹਾਡੀ ਗੱਲ ਸੁਣੀ ਔਰ ਜਿਹੜਾ ਤੁਹਾਡਾ ਮਸਲਾ ਹੈ ਇਕੱਲਾ ਤੁਹਾਡਾ ਮਸਲਾ ਨਹੀਂ, ਸਾਡੇ ਸਾਰਿਆਂ ਦਾ ਮਸਲਾ ਕਿ ਇਸ ਮਸਲੇ ਨੂੰ ਆਪਾਂ ਹੱਲ ਕਰਾਉਣਾ, ਉਹਦਾ ਹੱਲ ਕਿੱਦਾਂ ਕਰਨਾ ਇਹ ਤੁਸੀਂ ਦੱਸਣਾ ਸਾਨੂੰ। ਜਿਹੜੀ ਜਿਹੜੀ ਤੁਸੀਂ ਡਿਊਟੀ ਲਾਉਣੀ ਆ ਉਹ ਤੁਸੀਂ ਸਾਡੀ ਲਾ ਦਿਓ। ਪੁਰਾਣੇ ਪ੍ਰਸ਼ਨਾਂ ਦਾ ਮੈਨੂੰ ਨਹੀਂ ਪਤਾ ਕਿੱਦਾਂ ਲੱਗੇ, ਕਿੰਨੇ ਲਵਾਏ, ਕਿਹੜੀ ਸਹਿਮਤੀ ਨਾਲ ਲੱਗੀ ਹੈ, ਕਿਹੜੇ ਪ੍ਰਸ਼ਾਸਨ ਦੀ ਸਹਿਮਤੀ ਲੱਗੀ ਹੈ, ਕਿਹੜੇ ਲੀਡਰ ਦੀ ਸਹਿਮਤੀ ਨਾਲ ਲੱਗੀ ਹੈ, ਕਿਹੜਾ ਜਿਹੜਾ ਲੀਡਰ ਹਿੱਸਾ ਲੈਂਦਾ ਸੀ, ਕੌਣ ਕੀ ਕਰਦਾ ਸੀਗਾ, ਮੈਂ ਉਹਦੇ ਬਾਰੇ ਕੁਛ ਨਹੀਂ ਬੋਲਣਾ। ਨਵਾਂ ਪ੍ਰੈਸ਼ਰ ਜ਼ਰੂਰ ਇੱਕ ਸਾਡੀ ਗਵਰਨਮੈਂਟ ਵਾਲੇ ਲੱਗਾ ਹੁਣ ਬੋਲੋ ਉਹ ਕ੍ਰੈਸ਼ਰ ਕਾਗਜ਼ਾਂ 'ਚ ਨਹੀਂ ਲੱਗਿਆ ਲੇਕਿਨ ਗਰਾਊਂਡ 'ਚੋਂ ਕੰਮ ਕਰ ਰਿਹਾ, ਮੈਨੂੰ ਘੱਟੋ ਘੱਟ 100-150 ਬੰਦੇ ਨੇ ਸਾਈਨ ਕਰਕੇ ਕਰ ਲਈ ਦੇਖਾਂਗੇ। ਉਸੇ ਦਿਨ ਮੈਂ ਡੀਸੀ ਸਾਹਿਬ ਨੂੰ ਕਿਹਾ ਤਾਂ ਡੀਸੀ ਸਾਹਿਬ ਨੂੰ ਕੋਈ ਵੀ ਪਰਮਿਸ਼ਨ ਇਸ ਕਨੈਕਸ਼ਨ ਨੂੰ ਨਾ ਲਿਆ ਦਿੰਦੇ, ਮੈਂ ਤੁਹਾਨੂੰ ਵਟਸਐਪ ਦਿਖਾ ਦੂੰਗਾ ਆਪਣਾ, ਉਹਦੇ ਵਿੱਚ ਮੈਂ ਲਿਖ ਕੇ ਪਾਇਆ ਡੀਸੀ ਸਾਹਿਬ ਨੂੰ ਕਿ ਲੋਕਾਂ ਦੇ ਵਿੱਚ ਰੋਸ ਆ, ਇਸ ਕਨੈਕਸ਼ਨ ਨੂੰ ਕੋਈ ਵੀ ਐਨ ਓ ਸੀ ਜਾਰੀ ਨਾ ਕੀਤਾ ਜਾਵੇ, ਉਹ ਬੈਠਾ ਬੰਦ ਹੋ ਗਿਆ, ਇੱਕ ਚੰਗੜਵਾ ਲੱਗ ਰਿਹਾ ਸੀਗਾ।
ਇੱਕ ਬਰਿੰਗਲੀ ਸਰ ਇਹ ਵੀ ਲੇਟੈਸਟ ਨਵਾਂ ਲੱਗਿਆ ਹੈ ਅਗਰਵਾਲ ਕ੍ਰੈਸ਼ਰ। ਓਕੇ ਇੱਕ ਬਰਿੰਗਲੀ ਇੱਕ ਸੌਰੀ ਕੈਂਗੜਵਾਂ ਦੇ ਵਿੱਚ ਉਹਦੀ ਵੀ ਸੇਮ ਮੈਨੂੰ ਲੋਕਾਂ ਨੇ ਲਿਖ ਕੇ ਦਿੱਤਾ ਕਿ ਇੱਥੇ ਕ੍ਰੈਸ਼ਰ ਨਾਲ ਆਇਆ ਉਹ ਵੀ ਮੈਂ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਬਰਿੰਗਲੀ ਬਾਰੇ ਮੈਨੂੰ ਕਿਸੇ ਨੇ ਦੱਸਿਆ ਨਹੀਂ ਸਾਡੀ ਸਰਕਾਰ ਦੇ 3 ਸਾਲ ਹੋ ਰਹੇ ਤਿੰਨਾਂ ਸਾਲਾਂ ਦੇ ਵਿੱਚ ਇੱਕ ਸਿੰਗਲ ਕ੍ਰੈਸ਼ਰ ਵੀ ਨਵਾਂ ਨਹੀਂ ਲੱਗਣ ਸਿੰਗਲ ਕ੍ਰੈਸ਼ਰ ਔਰ ਜੇ ਕੋਈ ਲੱਗੂਗਾ ਨਵਾਂ ਕ੍ਰੈਸ਼ਰ ਲੱਗੂਗਾ ਤੁਸੀਂ ਪਿੱਛੇ ਬੈਠਣਾ ਮੈਂ ਤੁਹਾਡੇ ਅੱਗੇ ਹੋ ਕੇ ਬੈਠੂ ਆਪਾਂ ਬਿਲਕੁਲ ਚੱਲਾਂਗੇ ਜੀ ਇੱਥੇ ਬਿਲਕੁਲ ਚੱਲਾਂਗੇ ਉੱਥੇ ਉਹਨੂੰ ਬੰਦ ਨਹੀਂ ਕਰਵਾਉਣਗੇ ਜੇ ਬਿਨਾਂ ਪਰਮਿਸ਼ਨਾਂ ਤੋਂ ਲੱਗਾ ਹੋਇਆ ਜੇ ਬਿਨਾਂ ਪਰਮਿਸ਼ਨਾਂ ਤੋਂ ਲੱਗਾ ਹੋਇਆ ਜੇ ਉਹਨਾਂ ਕੋਲ ਪਰਮਿਸ਼ਨ ਆ ਗਈ ਔਰ ਮੇਰੀ ਸਾਡੇ ਕੋਲ ਹੈ ਨਾ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਕਿ ਕ੍ਰੈਸ਼ਰ ਉੱਥੇ ਲੱਗਦਾ ਜਿੱਥੇ ਅਸੀਂ ਜ਼ਮੀਨ ਦੇ ਰਹੇ ਜਿੱਥੇ ਆਪਾਂ ਜ਼ਮੀਨ ਵੇਚਦੇ ਹਾਂ ਕੋਈ 10 ਰੁਪਏ ਦੀ ਜ਼ਮੀਨ ਆਪਾਂ 10 ਲੱਖ ਦੀ ਦੇ ਦਿੰਦੇ ਹਾਂ ਕੋਈ 5 ਕਿੱਲੇ ਦੇ ਰਿਹਾ ਕੋਈ ਜੇ ਇੱਥੇ ਟੈਂਪਰਰੀ ਲੱਗੀ ਹੈ ਕ੍ਰੈਸ਼ਰ ਲੱਗ ਰਿਹਾ ਬਾਹਰ ਜਾਂ ਕਿਸੇ ਨੇ ਜ਼ਮੀਨ ਦਿੱਤੀ ਤਾਂ ਹੀ ਲੱਗ ਰਿਹਾ ਕਿਸੇ ਦੇ ਧੱਕੇ ਨਾਲ ਤਾਂ ਲਾ ਨਹੀਂ ਰਿਹਾ ਕੋਈ ਤੁਹਾਡੀ ਵੀ ਉਨੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਵੀ ਸਰਕਾਰ ਦਾ ਸਾਥ ਦਿਓ ਨਾ ਦੇਈਏ ਆਪਾਂ ਜ਼ਮੀਨ ਤਾਂ ਮੈਨੂੰ ਨਹੀਂ ਲੱਗਦਾ ਕਿ ਕ੍ਰੈਸ਼ਰ ਲੱਗੂਗਾ ਜੇ ਆਪਾਂ ਜ਼ਮੀਨ ਦਿੰਦੇ ਹਾਂ ਤਾਂ ਉੱਥੇ ਜਾ ਕੇ ਕ੍ਰੈਸ਼ਰ ਲੱਗ ਗਿਆ ਔਰ ਜੇ ਤੁਸੀਂ ਮੈਨੂੰ ਖੱਡ ਦਾ ਇੱਕ ਹਾਜੀਪੁਰ ਦੀ ਖੱਡ ਦਾ ਪਤਾ ਨਰਾਮ ਹੋਈ ਸੀ ਉਹਦਾ ਸਟੇਟਸ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨੇ ਉਹ ਤਲਵਾੜੇ ਬਲਾਕ ਦੇ ਵਿੱਚ ਕੋਈ ਖੱਡ ਖਣਨ ਦੇ ਲਈ ਨਿਲਾਮ ਹੋਈ ਹੈ ਉਹਨਾਂ ਨੇ ਵੀਡੀਓ ਚ ਕਿਹਾ ਕਿ ਤਲਵਾੜੇ ਬਲਾਕ ਦੇ ਵਿੱਚ ਅੱਛਾ ਦੂਜੀ ਗੱਲ ਇਹ ਜਿਹੜੇ ਲੋਕ ਨੇ ਇਹ ਜਿਹੜੀ ਗੌਰਮੈਂਟ ਦੀ ਜ਼ਮੀਨ ਦੇ ਵਿੱਚੋਂ ਨਜਾਇਜ਼ ਖਣਨ ਕਰ ਰਹੇ ਨੇ ਕਿ ਇਹ ਅਲਾਊਡ ਆ ਕਹਿੰਦੇ ਨਹੀਂ ਮੈਂ ਕਿਹਾ ਜੀ ਫਿਰ ਮਾਲ ਕਿੱਥੋਂ ਲੈ ਕੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਆਪਣੇ ਕ੍ਰੈਸ਼ਰ ਜਿਸ ਲਈ ਲਿਆ ਹੈ ਉਹਦੇ ਵਿੱਚ ਲਿਖ ਕੇ ਦਿੱਤਾ ਹੈ ਕਿ ਅਸੀਂ ਜਿਹੜਾ ਮਾਲ ਹੈ ਉਹ ਹਿਮਾਚਲ ਤੇ ਜੰਮੂ ਤੋਂ ਲੈ ਕੇ ਆਉਂਦੇ ਇਸ ਕਰਕੇ ਸਾਡੇ ਤੇ ਇੱਥੇ ਜਿਹੜੀ ਨਜਾਇਜ਼ ਖੜਨ ਸਾਡਾ ਸ਼ੈਲਰ ਵਾਲਾ ਕ੍ਰੈਸ਼ਰ ਨਾਲ ਸਾਡਾ ਕੋਈ ਤਲਗਾ ਨਹੀਂ ਸਾਡੀ ਤੇ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਆ ਉਹਨੂੰ ਰੋਕਣਾ ਜਿਹੜੇ ਤੁਸੀਂ ਮੈਨੂੰ ਦੱਸਦੇ ਹੋ ਆਪਾਂ ਉੱਥੇ ਕਾਰਵਾਈ ਕਰਾਈ ਕੋਈ ਮੇਰਾ ਕੋਈ ਉਹਨਾਂ ਨੇ ਲੈਣ ਦੇਣ ਨੇ ਪੰਚਾਇਤ ਦੀ ਜੇ ਬਰਿੰਗਲੀ ਦੇ ਪੰਚਾਇਤ ਨੇ ਜਗ੍ਹਾ ਦਿੱਤੀ ਆ ਮਤੇ ਪਾ ਕੇ ਮੈਂ ਥੋੜੀ ਦਿੱਤੀ ਹੈ ਮੇਰਾ ਵੀ ਕਸੂਰ ਆ ਭਾਜੀ ਉਹ ਵੀ ਦੱਸ ਦੋ ਨਾ 52 ਗੇਟਾਂ ਵਾਲਾ ਬੰਦ ਵੀ ਹੋਇਆ ਨਾ ਕਲਾ ਪਰਮਿੰਦਰ ਪਰ ਕਰ ਸਕਦਾ ਨਾ ਹੀ ਮੈਂ ਕਲਾ ਪਰ ਕਰ ਸਕਦਾ
ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ, ਫਿਰ ਜਾ ਕੇ ਕੰਮ ਕਰੇ ਕਹਿਣਾ। ਕੋਈ ਨਾ ਸੋਚਿਓ ਪਾਰਟੀ ਬਾਜੀ ਦੀ, ਕੌਣ ਕਿੱਧਰ ਹੈ, ਕੌਣ ਕਿਹਦੇ ਨਾਲ ਹੈ, ਕੌਣ ਕਿਹਦੇ ਨਾਲ ਵੋਟ ਪਾਉਣੀ ਹੈ, ਕਿਹਨੇ ਨਹੀਂ ਪਾਉਣੀ, ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਮੈਨੂੰ ਜਿੱਥੇ ਮਰਜ਼ੀ ਖੜਾ ਕਰ ਦਿਓ, ਨਜਾਇਜ਼ ਕਰੈਸ਼ਨਾਂ ਦੇ ਮਸਲੇ ਵਿੱਚ ਆਪਾਂ ਉਹਨੂੰ ਬੰਦ ਕਰਾਉਣ ਦੇ ਵਿੱਚ ਤੁਹਾਡੇ ਨਾਲ, ਤੁਸੀਂ ਅੱਗੇ ਲੱਗੋ, ਤੁਸੀਂ ਪਿੱਛੇ ਲੱਗੋ, ਮੈਂ ਤੁਹਾਡੇ ਨਾਲ ਇੱਕ ਵੀ ਸਿੰਗਲ ਕਰੈਸ਼ਰ ਹੂੰ, ਕਿਉਂਕਿ ਮੈਂ ਜਦੋਂ ਐਮ ਐਲ ਏ ਬਣਿਆ 6-7 ਮਹੀਨੇ ਬੰਦ ਰਹੇ ਕਰੈਸ਼ਰ, ਆਪਾਂ ਨਹੀਂ ਕਰਨ ਦਿੱਤੇ। ਔਰ ਮਾਫੀਆ ਇੰਨਾ ਤਗੜਾ ਹੋ ਗਿਆ, ਮਾਫੀਆ ਇੰਨਾ ਤਗੜਾ ਆ, ਚਲੋ ਆਪਾਂ ਦੇ ਸਾਰੇ ਜਾਣੇ ਨੋਰਮਲ ਲੋਕ ਆ, ਤਗੜੇ ਲੋਕਾਂ ਨੂੰ ਵੀ ਪਤਾ ਲੱਗਾ ਕਿ ਚੱਲ ਕਿੱਦਾਂ ਗਏ, ਜਿਹੜੇ ਉੱਪਰ ਤੱਕ ਹੁਸ਼ਿਆਰਪੁਰ ਤੱਕ ਡੀ ਸੀ ਦਫ਼ਤਰ ਤੱਕ ਵੀ ਪਤਾ ਨਹੀਂ ਲੱਗਾ ਟ੍ਰੈਫਿਕ ਚੱਲੇ ਕਿੱਦਾਂ। ਸੋ ਇਹ ਚੀਜ਼ਾਂ ਵਿੱਚੋਂ ਨਿਕਲਣ ਵਾਸਤੇ, ਕਿਉਂਕਿ ਮੈਂ ਨਵਾਂ ਸੀਗਾ, ਮੈਨੂੰ ਨਹੀਂ ਚੀਜ਼ਾਂ ਦਾ ਪਤਾ ਸੀ ਕਈਆਂ। ਲੇਡੀ ਬੋਲ ਰਹੀ, ਜ਼ਰੂਰਤ ਕੀ ਹੋਰ ਨਾਲ ਬੋਲਣ ਦੇਖੋ ਇੱਕ ਇੱਦਾਂ ਆ, ਮੇਰੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ
ਜਾਂ ਸਾਡੇ ਹੋਰ ਵੀ ਕਿਸੇ ਪਾਰਟੀਆਂ ਨਾਲ ਸੰਬੰਧਿਤ ਹੈ, ਅਸੀਂ ਸਾਰਿਆਂ ਨੂੰ ਜਾਣਦੇ ਹਾਂ। ਮੈਂ ਖੁਦ ਇੰਡੀਵਿਜੂਅਲ ਜਾਣਦਾ ਇੱਕ ਇੱਕ ਬੰਦੇ ਨੂੰ। ਅਸੀਂ ਬਹਿਸ ਦੇ ਵਿੱਚ ਨਾ ਪਈਏ, ਇੱਕ ਗੱਲ ਮਸਲੇ ਵਾਸਤੇ ਇਕੱਠੇ ਹੋਣਾ ਯਾਰ, ਇੱਕ ਗੱਲ ਲੜਾਈ ਹਜੇ ਤਾਂ ਸ਼ੁਰੂ ਹੋਣੀ ਹੈ। ਅਸੀਂ MLA ਸਾਹਿਬ ਹੁਣੇ ਜਿਹੜੇ ਸਾਡੇ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਆ, ਅਜੇ 3 ਸਾਲ ਇਹਨਾਂ ਕੋਲ ਨੁਮਾਇੰਦਗੀ ਰਹਿਣੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਵਿਰੁੱਧ ਝੰਡਾ ਚੁੱਕਣ ਦੀ ਬਜਾਏ ਇਹਨਾਂ ਨੂੰ ਝੰਡਾ ਚੱਕ ਕੇ ਨਾਲ ਬਿਠਾਈਏ। ਅਸੀਂ ਅਗਲੀ ਕਾਰਵਾਈ ਜਿੱਦਾਂ ਕਹੀਏ ਵੀ ਇਕੱਠਾ ਕਰੀਏ, ਸਮੇਟੀਏ, ਨਾ ਕਿ ਇੱਦਾਂ ਤਾਂ ਇਹ ਮਧਾਣੀ ਜਿੰਨੀ ਮਰਜ਼ੀ ਪਾ ਰੱਖੀਏ ਸਵੇਰ ਤੱਕ ਨਹੀਂ। ਗੱਲ ਤਾਂ ਹੈ ਕਿ ਮੈਦਾਨ ਦੇ ਵਿੱਚ ਲੜਾਈ ਲੈ ਕੇ ਜਾਣੀ ਹੈ, ਗੱਲਾਂ ਸਾਡੀਆਂ ਹੋਈਆਂ ਹੈ, ਉਹਨਾਂ ਦਾ ਜਵਾਬ ਹੈ। ਇੱਕ ਅਸੀਂ ਲੈਟਰ ਜਿਹੜਾ ਬਣਾਇਆ ਹੋਇਆ ਜਥੇਬੰਦੀ ਵੱਲੋਂ।